ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਅੱਜ ਆਪਾਂ ਤੁਹਾਨੂੰ ਕਾਟਨ ਦੇ ਸੂਟ ਡਿਜ਼ਾਈਨਰ ਸੂਟ ਚਲਦੇ ਨੇ ਸਾਰੇ, ਉਹ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ। ਹਾਂਜੀ, ਇਹ ਆਪਣਾ ਆ ਗਿਆ ਜੀ ਕਮੀਜ਼, ਦੇਖੋ ਜੀ ਇਹ ਸਾਰੇ ਸੂਟ ਆ ਜਿਹੜੇ, ਇਹ ਆਪਾਂ ਸਾਰੇ ਡਿਜ਼ਾਇਨ ਪਾ ਪਾ ਕੇ ਸੀਤੇ ਆ। ਦੇਖੋ ਜੀ ਇਸ ਤਰ੍ਹਾਂ ਦੇ ਮੂਹਰੇ ਬਾਰਡਰ, ਫਰੰਟ ਸਾਈਡ ਪੱਟੀ ਆ ਗਈ ਹੈ। ਆਹ ਦੇਖੋ ਜੀ ਬਾਜੂ ਦੇ ਇਸ ਤਰ੍ਹਾਂ ਆਪਾਂ ਡਿਜ਼ਾਇਨ ਬਣਾਇਆ, ਇੰਡੈਕਸ ਪਾ ਕੇ ਲੈਸ ਲਗਾ ਕੇ ਇਸ ਤਰ੍ਹਾਂ ਜੀ। ਦੇਖੋ ਇਹਦੇ ਨਾਲ ਜੀ ਹੈਗਾ ਆਪਣਾ ਬੈਲਟ ਵਾਲਾ ਪਲਾਜੋ। ਆਹ ਦੇਖੋ ਜੀ ਇਸ ਤਰ੍ਹਾਂ ਬੈਲਟ ਵਾਲਾ ਪਲਾਜੋ, ਇਹਦੇ ਵੀ ਆਪਾਂ ਪਹਿਲਾਂ ਕਟਾਂ ਬਣਾਏ ਜੀ। ਨੀਚੇ ਆਪਾਂ ਕਮੀਜ਼ ਨਾਲ ਦਾ ਕੱਪੜਾ ਲਾ ਕੇ ਉੱਪਰ ਆਪਾਂ ਇਹਦੇ ਪਰਲ ਲਗਾ ਕੇ, ਦੇਖੋ ਜੀ ਇਹ ਆਪਾਂ ਇਸ ਤਰ੍ਹਾਂ ਫੈਂਸੀ ਡਿਜ਼ਾਇਨ ਬਣਾਇਆ ਪਲਾਜੋ ਦਾ। ਆਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈਗਾ। ਇਸ ਤਰ੍ਹਾਂ ਆਪਾਂ ਬੈਲਟ ਲਾ ਕੇ ਅੱਗੇ ਇੱਕ ਪੋਕਟ ਲਗਾਈਏ ਇੱਕ ਪਾਸੇ ਇੱਕ ਸਾਈਡ 'ਤੇ, ਅਤੇ ਇਸ ਤਰ੍ਹਾਂ ਬਣਾਇਆ ਜੀ ਆਪਾਂ। ਹਾਂਜੀ, ਅੱਗੇ ਆਪਾਂ ਜੀ ਬਣਾਇਆ ਹੈਗਾ ਇਹ ਵਾਲਾ ਸੂਟ। ਇਹ ਵਾਲਾ ਸੂਟ ਵੀ ਕਾਟਨ ਦੇ ਵਿੱਚ ਆ ਜੀ। ਆਹ ਦੇਖੋ ਇਸ ਤਰ੍ਹਾਂ ਆਪਾਂ ਫਰੰਟ ਸਾਈਡ 'ਤੇ ਆਪਾਂ ਲੈਸ ਲਗਾਈ ਹੈ, ਆਪਾਂ ਬਾਜੂ 'ਤੇ ਇਸ ਤਰ੍ਹਾਂ ਡਿਜ਼ਾਇਨ ਬਣਾਇਆ ਜੀ। ਦੇਖੋ ਇਸ ਤਰ੍ਹਾਂ ਆਪਾਂ ਬਾਜੂ 'ਤੇ ਡਿਜ਼ਾਇਨ ਬਣਾਇਆ ਲੈਸ ਲਗਾ ਕੇ। ਆਹ ਦੇਖੋ ਜੀ ਇਹ ਇਸ ਤਰ੍ਹਾਂ ਆ ਜੂਗਾ ਜੀ ਆਪਣਾ ਡਿਜ਼ਾਇਨ। ਆਹ ਦੇਖੋ ਇਸ ਤਰ੍ਹਾਂ ਜੀ, ਇਹਦੇ ਨਾਲ ਦੇ ਸੇਮ ਆਪਾਂ ਪਲਾਜੋ ਬਣਾਇਆ। ਆਹ ਦੇਖੋ ਜੀ ਇਹ ਵੀ ਆਪਾਂ ਬੈਲਟ ਵਾਲੀ ਪਲਾਜੋ ਬਣਾਇਆ ਹੈ। ਆਹ ਦੇਖੋ ਇਹਦੇ ਵੀ ਆਪਾਂ ਸੇਮ ਹੀ ਡਿਜ਼ਾਇਨ ਬਣਾਇਆ ਜੀ, ਜਿਸ ਤਰ੍ਹਾਂ ਆਪਾਂ ਆਹ ਦੇਖੋ ਜੀ ਬਾਜੂ ਦੇ ਬਣਾਇਆ, ਇਸ ਤਰ੍ਹਾਂ ਹੀ ਆਪਾਂ ਸੇਮ ਪਲਾਜੋ 'ਤੇ ਪਾਇਆ ਹੈ। ਆਹ ਦੇਖੋ ਜੀ ਇਹ ਵੀ ਆਪਾਂ ਬਾਜੂ 'ਤੇ ਪਾਇਆ, ਇਹ ਸੇਮ ਪਲਾਜੋ 'ਤੇ, ਇਹ ਸੇਮ ਡਿਜ਼ਾਇਨ ਆਪਣਾ ਇਸ ਤਰ੍ਹਾਂ ਬਣ ਗਿਆ ਜੀ। ਦੇਖੋ ਕਿੰਨਾ ਪਿਆਰਾ ਲੱਗਦਾ ਹੈਗਾ ਡਿਜ਼ਾਇਨ। ਮਿਹਨਤ ਤਾਂ ਬਹੁਤ ਆ ਜਾਂਦੀ ਹੈ ਜੀ, ਪਰ ਸੂਟ ਵੀ ਮੂੰਹ ਬੋਲਣ ਲੱਗ ਜਾਂਦਾ ਹੈ। ਇਹ ਵਾਲਾ ਸੂਟ ਇਹਦੇ ਵੀ ਆਪਾਂ ਜੀ ਇਹ ਆਪਾਂ ਪਾਕਿਸਤਾਨੀ ਸਲਵਾਰ ਬਣਾਈ ਹੈ ਜੀ। ਆਹ ਦੇਖੋ ਜੀ ਸਟਰੇਟ ਸਲਵਾਰ ਬਣਾਈ ਹੈ ਆਪਾਂ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਇਹਦੇ ਜੁਆਇੰਟ ਲੈਸ ਲਗਾਈ ਹੈ ਜੀ ਪੌਂਚਿਆਂ 'ਤੇ। ਆਹ ਦੇਖੋ ਇਹਦੇ ਨਾਲ ਜੀ ਕਮੀਜ਼ ਜਿਹੜਾ ਹੈ ਉਹ ਜੀ ਹੈਗਾ ਇਹ ਵਰਕ ਵਾਲਾ, ਕੁੰਡੀ ਤੋਪੇ ਨਾਲ ਵਰਕ ਕੀਤਾ ਹੋਇਆ ਸੀਗਾ। ਆਹ ਦੇਖੋ ਇਹ ਆਪਣਾ ਜੀ ਗਲੇ 'ਤੇ ਪੱਟੀ ਆ ਗਈ, ਇਹ ਆਹ ਬਾਹਾਂ ਆ ਗਈਆਂ ਆਪਣੀਆਂ ਜੀ, ਇਹ ਇਸ ਤਰ੍ਹਾਂ ਇਹ ਆਪਣੇ ਆਪ ਹੀ ਫੈਂਸੀ ਸੀਗਾ, ਇਹਦਾ ਡਿਜ਼ਾਇਨ ਇਸ ਤਰ੍ਹਾਂ ਸੀ। ਇਹਦੇ ਉੱਪਰ ਆਪਾਂ ਕੋਈ ਡਿਜ਼ਾਇਨ ਨਹੀਂ ਕੀਤਾ, ਆਪਾਂ ਸਿਰਫ ਸਲਵਾਰ 'ਤੇ ਲਾਈ ਆ ਇਹ ਸੂਟ ਨਾਲ ਦੀ ਲੈਸ ਇਸ ਤਰ੍ਹਾਂ। ਇਹ ਵੀ ਇੱਕ ਫੈਂਸੀ ਸੂਟ ਬਣ ਕੇ ਤਿਆਰ ਹੋ ਗਿਆ ਆਪਣਾ ਜੀ। ਸੂਟ ਆ ਗਿਆ ਇਹਦੀ ਰਾਊਂਡ ਇਲਾਸਟਿਕ ਆ ਜੀ, ਇਹ ਆਪਣਾ ਸਿੰਪਲ ਪਲਾਜੋ ਆ। ਦੇਖੋ ਜੀ ਇਹ ਸਿੰਪਲ ਪਲਾਜੋ ਆਪਣਾ, ਇਹਦੇ ਨਾਲ ਜੀ ਕਮੀਜ਼ ਆ ਜਿਹੜਾ, ਦੇਖੋ ਇਹ ਕਮੀਜ਼ ਆ ਜਿਹੜਾ ਆਪਣਾ ਇਹ ਹੈਗਾ ਜੀ, ਇਹਦੇ ਆਪਾਂ ਸਾਈਡ 'ਤੇ ਨੀਚੇ ਪੱਟੀ ਲਾਈ ਹੈ, ਉਸੇ ਤਰ੍ਹਾਂ ਆਪਾਂ ਗਰਮੀ 'ਤੇ ਪੱਟੀ ਲਾਈ ਹੈ ਜੀ। ਬਾਹਾਂ 'ਤੇ ਆਪਾਂ ਪਲਾਜੋ ਨਾਲ ਦਾ ਕੱਪੜਾ ਲਿਆ ਤਾ ਇਸ ਤਰ੍ਹਾਂ ਜੀ, ਇਹ ਪੱਟੀ ਲਾ ਕੇ ਆਪਾਂ ਤਿਆਰ ਕਰਤਾ। ਹਾਂਜੀ, ਅੱਗੇ ਆਪਣਾ ਜੀ ਇਹ ਵਾਲਾ ਸੂਟ ਹੈ। ਇਹ ਸੂਟ ਆਪਾਂ ਪਹਿਲਾਂ ਵੀ ਥੋੜ੍ਹਾ ਜਿਹਾ ਦਿਖਾਇਆ ਸੀ ਜਦੋਂ ਆਪਣਾ ਸੂਟ ਇਹ ਕੰਪਲੀਟ ਹੋਈ ਸੀਗਾ, ਹੁਣ ਆਪਣਾ ਇਹ ਕੰਪਲੀਟ ਹੋ ਗਿਆ ਬਣ ਕੇ। ਆ ਦੇਖੋ ਆਪਾਂ ਇਸ ਤਰ੍ਹਾਂ ਆਪਾਂ
ਸਮੋਸਾ ਕੱਟ ਜਿਹੜੀ ਲੈਸ ਹੁੰਦੀ ਆ ਉਹ ਆਪਾਂ ਬਾਰਡਰ 'ਤੇ ਲਾਈ ਆ, ਨੀਚੇ ਵੀ ਲਾਈ ਲੈਸ, ਅਤੇ ਬਾਜੂ ਆਪਾਂ ਇਸ ਤਰ੍ਹਾਂ ਤਿਆਰ ਕੀਤੀਆਂ ਜੀ ਇਹਦੀਆਂ। ਦੇਖੋ ਜਿਹੜੀ ਇਹਦੀ ਬੋਟਮ ਹੈ ਜੀ ਉਹ ਸਿੰਪਲ ਹੈ। ਦੇਖੋ ਹਾਂਜੀ ਇਸ ਤਰ੍ਹਾਂ ਇਹ ਮੈਂ ਸੂਟ ਤਿਆਰ ਕੀਤੇ ਆ ਜੀ ਸਾਰੇ। ਹਾਂਜੀ ਜੇ ਮੇਰੇ ਡਿਜ਼ਾਇਨ ਤੁਹਾਨੂੰ ਵਧੀਆ ਲੱਗੇ ਆ ਤਾਂ ਜੀ ਮੇਰੇ ਡਿਜ਼ਾਇਨਾਂ ਨੂੰ ਤੁਸੀਂ ਲਾਈਕ ਜ਼ਰੂਰ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹਨਾਂ ਸਾਰੇ ਸੂਟਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਡਿਜ਼ਾਇਨ ਵਧੀਆ ਲੱਗਿਆ। ਅਤੇ ਹਾਂਜੀ ਜੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਜੀ ਤਾਂ ਸਾਨੂੰ ਵੀ ਥੋੜ੍ਹਾ ਹੌਸਲਾ ਮਿਲਦਾ ਹੈ ਜੀ ਵੀ ਸਾਡੀ ਵੀਡੀਓ ਤੁਸੀਂ ਵੱਧ ਤੋਂ ਵੱਧ ਦੇਖੋ, ਉਹਨੂੰ ਲਾਈਕ ਕਰੋ, ਸ਼ੇਅਰ ਕਰੋ। ਹਾਂਜੀ ਤੁਹਾਡੀ ਸਪੋਰਟ ਨਾਲ ਵੀ ਅਸੀਂ ਅੱਗੇ ਜਾਣਾ ਹੈ ਜੀ, ਤੁਹਾਡੀ ਸਾਰਿਆਂ ਦੀ ਸਪੋਰਟ ਚਾਹੀਦੀ ਹੈ। ਹਾਂਜੀ ਮੇਰੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਮੇਰੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਜ਼ਰੂਰ ਕਰਿਓ ਜੀ, ਅਤੇ ਤਾਂ ਜੋ ਕਿ ਮੇਰੀਆਂ ਤੁਸੀਂ ਆਉਣ ਵਾਲੀ ਵੀਡੀਓ ਦੇਖ ਸਕੋ। ਥੈਂਕ ਯੂ ਜੀ।